ਗਲਾਤੀਆਂ ਦੀ ਵਿਸ਼ਵਾਸ ਸੰਗਤ ਨੂੰ ਪੌਲੂਸ ਦੇ ਪੱਤਰ ਦੀ ਭੂਮਿਕਾ। ਬਾਈਬਲ ਦੇ ਦੋ ਹਿੱਸੇ ਹਨ, ਇੱਕ ਨਵਾਂ ਨੇਮ ਤੇ ਦੂਜਾ ਪੁਰਾਣਾ ਨੇਮ। ਪੁਰਾਣਾ ਨੇਮ ਯਿਸੂ ਮਸੀਹ ਦੇ ਆਉਣ ਬਾਰੇ ਦੀਆਂ ਭਵਿੱਖਬਾਣੀਆਂ ਦੇ ਨਾਲ ਭਰਪੂਰ ਹੈ ਤੇ ਨਵਾਂ ਨੇਮ ਪ੍ਰਭੂ ਯਿਸੂ ਮਸੀਹ ਦੇ ਇਸ ਧਰਤੀ ਤੇ ਆਉਣ ਦੇ ਬਾਰੇ ਦਾ ਬਿਆਨ ਕਰਦਾ ਹੈ। ਅੱਜ ਆਪਾਂ ਗਲਾਤੀਆਂ ਦੀ ਵਿਸ਼ਵਾਸ ਸੰਗਤ ਨੂੰ ਲਿਖੀ ਪੱਤਰੀ ਪੜਾਂਗੇ, ਜੋ ਨਵੇਂ ਨੇਮ ਵਿੱਚ ਨੌਵੀਂ ਕਿਤਾਬ ਹੈ। ਗਲਾਤੇ ਇੱਕ ਥਾਂ ਦਾ ਨਾਂ ਹੈ ਜਿੱਥੇ ਪਰਮੇਸ਼ਰ ਦੇ ਸੇਵਕ ਪੌਲੂਸ ਨੇ ਇੱਕ ਕਲੀਸੀਆ ਦੀ ਸਥਾਪਨਾ ਕੀਤੀ ਸੀ। ਜਿਵੇਂ ਕਿ ਉਸਨੇ ਹੋਰ ਵੀ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਕਲੀਸੀਆਵਾਂ ਦੀਆਂ ਸਥਾਪਨਾਵਾਂ ਕੀਤੀਆਂ। ਉਹਨਾਂ ਦਿਨਾਂ ਵਿੱਚ ਪੱਤਰ ਲਿਖ ਕੇ ਹੀ ਇੱਕ ਦੂਸਰੀ ਥਾਂ 'ਤੇ ਸੁਨੇਹੇ ਪਹੁੰਚਾਏ ਜਾਂਦੇ ਸਨ। ਜਦੋਂ ਸ਼ੁਭ ਸਮਾਚਾਰ ਜਾਣੀ ਕਿ ਪਰਮੇਸ਼ਰ ਦੇ ਧਰਤੀ 'ਤੇ ਆਉਣ ਦੀ ਖੁਸ਼ਖਬਰੀ ਦੇ ਪ੍ਰਚਾਰ ਦਾ ਵਾਧਾ ਹੋਣ ਲੱਗਾ ਤੇ ਯਹੂਦੀ ਕੌਮ ਦੇ ਲੋਕਾਂ ਤੋਂ ਇਲਾਵਾ ਹੋਰ ਕੌਮਾਂ ਦੇ ਲੋਕ ਵੀ ਉਸਦਾ ਸਵਾਗਤ ਕਰਨ ਲੱਗੇ, ਤਾਂ ਇਹ ਪ੍ਰਸ਼ਨ ਉੱਠ ਖੜਾ ਹੋਇਆ ਕਿ ਕੀ ਸੱਚੇ ਮਸੀਹੀ ਜਾਂ ਸੱਚੇ ਵਿਸ਼ਵਾਸੀ ਹੋਣ ਲਈ ਮੂਸਾ ਦੀ ਵਿਵਸਥਾ ਨੂੰ ਮੰਨਣਾ ਜ਼ਰੂਰੀ ਹੈ। ਸੰਤ ਪੌਲੂਸ ਨੇ ਇਸ ਗੱਲ ਦਾ, ਇਸ ਪ੍ਰਸ਼ਨ ਦਾ ਬੜੇ ਜ਼ੋਰ ਨਾਲ ਖੰਡਨ ਕੀਤਾ ਤੇ ਕਿਹਾ ਕਿ ਸੱਚੇ ਮਸੀਹੀ ਬਣਨ ਲਈ ਮੂਸਾ ਦੀ ਵਿਵਸਥਾ ਨੂੰ ਮੰਨਣਾ ਜ਼ਰੂਰੀ ਨਹੀਂ ਹੈ, ਕਿਉਂਕਿ ਪਰਮੇਸ਼ਰ ਨਾਲ ਉਚਿਤ ਸੰਬੰਧ ਸਥਾਪਿਤ ਕਰਨ ਲਈ ਕੇਵਲ ਮਸੀਹ ਉੱਤੇ ਵਿਸ਼ਵਾਸ ਲਿਆਉਣਾ ਹੀ ਜ਼ਰੂਰੀ ਹੈ। ਪਰ ਗਲਾਤੇ, ਜੋ ਰੋਮੀ ਸਾਮਰਾਜ ਦਾ ਇੱਕ ਸੂਬਾ ਸੀ, ਵਿੱਚ ਕੁਝ ਲੋਕ ਆ ਕੇ ਸੰਤ ਪੌਲੂਸ ਦਾ ਵਿਰੋਧ ਕਰਨ ਲੱਗੇ ਤੇ ਉਹ ਕਹਿਣ ਲੱਗੇ ਕਿ ਪਰਮੇਸ਼ਰ ਦੇ ਨਾਲ ਉਚਿਤ ਸੰਬੰਧ ਸਥਾਪਿਤ ਕਰਨ ਲਈ ਮੂਸਾ ਦੀ ਵਿਵਸਥਾ ਨੂੰ ਮੰਨਣਾ ਜ਼ਰੂਰੀ ਹੈ। ਸੋ ਗਲਾਤੀਆਂ ਨੂੰ ਲਿਖੇ ਪੱਤਰ ਦੁਆਰਾ ਸੰਤ ਪੌਲੂਸ ਉਹਨਾਂ ਗਲਾਤੇ ਨਿਵਾਸੀਆਂ ਨੂੰ ਵਾਪਸ ਉਹਨਾਂ ਦੇ ਅਸਲੀ ਵਿਸ਼ਵਾਸ ਵੱਲ ਲਿਆਉਣਾ ਚਾਹੁੰਦਾ ਸੀ, ਜੋ ਗਲਤ ਸਿੱਖਿਆਵਾਂ ਦੁਆਰਾ ਕੁਰਾਹੇ ਪੈ ਗਏ ਸਨ। ਸੰਤ ਪੌਲੂਸ ਨੇ ਆਪਣੇ ਰਸੂਲ ਹੋਣ ਦੇ ਦਾਅਵੇ ਨੂੰ ਸੱਚਾ ਸਿੱਧ ਕੀਤਾ ਅਤੇ ਉਸਨੇ ਦਾਅਵਾ ਕੀਤਾ ਕਿ ਉਸਦੀ ਬੁਲਾਹਟ ਰਸੂਲ ਦੇ ਤੌਰ 'ਤੇ ਸਿੱਧੀ ਪਰਮੇਸ਼ੁਰ ਤੋਂ ਹੋਈ ਹੈ, ਨਾ ਕਿ ਕਿਸੇ ਮਨੁੱਖ ਤੋਂ। ਉਸ ਦੀ ਬੁਲਾਹਟ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਉਣ ਲਈ ਹੋਈ ਹੈ। ਤਦ ਉਸਨੇ ਇਸ ਵਿਸ਼ੇ ਦਾ ਬਿਆਨ ਕੀਤਾ ਕਿ ਕੇਵਲ ਵਿਸ਼ਵਾਸ ਨਾਲ ਹੀ ਮਨੁੱਖ ਦਾ ਪਰਮੇਸ਼ਰ ਨਾਲ ਉਚਿਤ ਸੰਬੰਧ ਹੋ ਸਕਦਾ ਹੈ।